ਹਾਂਜੀ ਹਾਂਜੀ ਭੈਣ ਜੀ, ਮੈਂ ਫੋਟੋ ਦੇਖ ਲਈ ਆ ਮੁੰਡੇ ਦੀ, ਮਤਲਬ ਉਹ ਰਿਸ਼ਤੇ ਵਾਲਿਆਂ ਨੂੰ ਵਿਖਾਇਆ ਸੀ ਜਿੱਦਾਂ ਤੁਸੀਂ ਕਹਿੰਦੇ ਸੀ ਨਾ ਵੀ ਸਾਨੂੰ ਆਹ ਕੁੜੀ ਪਸੰਦ ਆ, ਉਹਨਾਂ ਨੂੰ ਮੈਂ ਵਿਖਾਈ ਸੀ। ਪਰ ਭੈਣ ਜੀ ਹੈ ਤਾਂ ਜ਼ਿਆਦਤੀ ਨਾ, ਤੁਸੀਂ ਕਦੀ ਆਪਣੇ ਮੁੰਡੇ ਦਾ ਮੂੰਹ ਵੇਖਿਆ? ਬਰਫ਼ ਦੇ ਕੌਲੇ ਵਰਗਾ ਉਹਦਾ ਮੂੰਹ ਆ। ਕੁੜੀ ਤੁਸੀਂ ਕਹਿੰਦੇ ਹੋ ਸਾਨੂੰ ਸੋਸਾਇਟੀ ਚ ਲੱਭੇ, ਲੰਮੀ ਉੱਚੀ ਹੋਵੇ, ਵਾਲ ਸੋਹਣੇ ਹੋਣ, ਮੋਰਾਂ ਵਾਂਗੂ ਟੁਰਦੀ ਹੋਵੇ, ਜਿੱਥੇ ਬਵੇ ਰੋਸ਼ਨੀਆਂ ਹੀ ਹੋ ਜਾਣ, ਹੈ ਫਿਊਜ਼ ਬਲਬ ਵਰਗਾ ਤੁਹਾਡੇ ਮੁੰਡੇ ਦਾ ਮੂੰਹ ਆ। ਸਾਡੇ ਵਰਗੇ ਰਿਸ਼ਤਾ ਉੱਥੇ ਲੈ ਕੇ ਜਾਂਦੇ, ਅਗਲੇ ਬੇਇੱਜ਼ਤੀ ਕਰਕੇ ਸਾਡੀ ਠਾ ਦਿੰਦੇ ਕਿ ਆ ਚੁੱਕੋ ਤਸਵੀਰ, ਤੁਸੀਂ ਅੰਨੇ ਹੋ, ਸਾਡੀ ਕੁੜੀ ਵੇਖੋ ਤੇ ਮੁੰਡਾ ਵੇਖੋ। ਉਧਰੋਂ ਤੁਸੀਂ ਸਾਨੂੰ ਫੋਨ ਕਰ ਕਰ ਸਤਾਈ ਜਾਂਦੇ ਹੋ, ਅਮੀਰ ਘਰ ਹੋਵੇ, ਅਮੀਰ ਘਰ ਹੋਵੇ, ਕੁੜੀ ਸੋਹਣੀ ਹੋਵੇ, ਹੈ ਕੈਸਾ 125 ਦੀ ਟੈਂਕੀ ਵਰਗਾ ਤੁਹਾਡੇ ਮੁੰਡੇ ਦਾ ਮੂੰਹ ਆ। ਆਹੋ ਭੈਣ ਜੀ, ਤੁਸੀਂ ਮੇਰੇ ਨਾਲ ਲੜੋ ਨਾ, ਅਸੀਂ ਨੀ ਰਿਸ਼ਤਾ ਕਰਾ ਸਕਦੇ। ਕਲੱਚ ਵਾਲੀ ਬਾਂਦਰੀ ਵਰਗਾ ਤੁਹਾਡੇ ਮੁੰਡੇ ਦਾ ਮੂੰਹ ਆ, ਤੁਸੀਂ ਮੁੜਨ ਹੀ ਨਹੀਂ ਡਏ। ਨਹੀਂ ਤੁਸੀਂ ਮਿੰਤਾਂ ਤਰਲੇ ਜਿੰਨੇ ਮਰਜ਼ੀ ਕਰ ਲਓ, ਯਕੀਨ ਕਰੋ ਮੁੰਡਾ ਇੰਜ ਜਿਵੇਂ ਖਿੱਚ ਕੇ ਬੰਬ ਵੱਜਿਆ ਹੁੰਦਾ ਮੂੰਹ ਤੇ। ਭੈਣ ਜੀ, ਕਾਰੋਬਾਰ ਜਿੰਨਾ ਮਰਜ਼ੀ ਵਧੀਆ ਹੋਵੇ, ਲੇਕਿਨ ਇਹ ਕਿ ਮੁੰਡਾ ਕੋਈ ਸ਼ਕਲੋ ਸੂਰਤੋਂ ਵੀ ਤਾਂ ਸੋਹਣਾ ਹੋਵੇ, ਬੰਦਾ ਕਿਸੇ ਦੇ ਘਰ ਰਿਸ਼ਤਾ ਲੈ ਕੇ ਜਾਂਦਾ। ਕੈਸਾ ਘੰਟਾ ਘਰ ਕੋ ਅਗਰਬੱਤੀਆਂ ਵੇਚਣ ਵਾਲਾ ਤੁਹਾਡਾ ਮੁੰਡਾ ਲੱਗਦਾ, ਹੈ ਜਿਵੇਂ ਬੱਸਾਂ ਚ ਪਤੀਸਾ ਲਾਇਆ ਹੁੰਦਾ।